वाहिगुरु जी सतनाम श्री वाहिगुरु साहिब जी ज्यों पावे त्यों राख हर प्रभ तेरे किते गणो असंख किते गणो असंख अवगुण मेरिया प्रभ जियो खसमाना कर प्यारे बुरे पले हम थारे बुरे पले हम थारे मोहे परदेश
कीनी मोहे परदेसन दूर ते आई मोहे परदेसन दूर ते आई Yeah.
ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਦੂਰੋਂ ਨੇੜਿਓਂ ਚੱਲ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਾਣੀ ਦੇ ਬੋਹਿਤ ਸ਼ਬਦ ਗੁਰ ਪੀਂਦਾ ਗਹਿਰ ਗੰਭੀਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜੁੜ ਬੈਠੇ ਹੋ ਸਤਿਗੁਰਾਂ ਦੇ ਪਿਆਰ ਵਿੱਚ। ਆਓ ਸਭ ਸੰਗਤਾਂ ਰਸਨਾ ਪਵਿੱਤਰ ਕਰੋ, ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ, ਜੋ ਤੀਸਰੇ ਦਿਨ ਦੇ ਸਮਾਗਮਾਂ ਦੇ ਵਿੱਚ ਆਪਾਂ ਨੂੰ ਸਤਸੰਗ ਕਰਨ ਦਾ ਇਹ ਵੇਲਾ ਬਖਸ਼ਿਆ ਹੈ ਸੱਚੇ ਪਾਤਸ਼ਾਹ ਜੀ ਨੇ। ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਆਪ ਜੀ ਸਾਡੇ ਤੋਂ ਪਹਿਲਾਂ ਅਨੇਕਾਂ ਗੁਰਮੁਖ ਪਿਆਰਿਆਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ, ਸੋ ਸਾਡੇ ਤੋਂ ਪਹਿਲਾਂ ਜਵੱਦੀ ਟਕਸਾਲ ਲੁਧਿਆਣੇ ਤੋਂ ਕੀਰਤਨੀ ਜਥਾ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਰਿਹਾ ਸੀ ਬੜੇ ਪਿਆਰ ਦੇ ਨਾਲ। ਆਓ ਥੋੜੇ ਸਮੇਂ ਚ ਮਹਾਂਪੁਰਖਾਂ ਨੇ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਜਾਣਾ ਹੈ, ਉਹਨਾਂ ਸਮਾਂ ਆਪਾਂ ਮਿਲ ਕੇ ਵੱਡੇ ਕੀਆਂ ਵਡਿਆਈਆਂ ਕਰਕੇ ਸਤਿਗੁਰ ਜੀ ਦੇ ਗੁਣਾਂ ਨੂੰ ਗਾ ਕੇ ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ ਜੀ। ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਬਚਨ ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਿੱਥੇ ਆਪਾਂ ਸਰੀਰਾਂ ਕਰਕੇ ਹਾਜ਼ਰ ਹੋਏ ਹਾਂ, ਨਤਮਸਤਕ ਹੋਏ ਹਾਂ, ਤੇ ਉੱਥੇ ਪਿਆਰਿਓ ਮਨ ਵੀ ਜੋੜੀਏ, ਭਾਵੇਂ ਕਿ ਅੱਜ ਥੋੜੀ ਗਰਮੀ ਹੈ, ਪਰ ਜੇ ਮਨ ਜੁੜਿਆ ਹੋਵੇ ਫਿਰ ਨਾ ਉੱਥੇ ਗਰਮੀ ਹੈ, ਨਾ ਸਰਦੀ ਹੈ, ਨਾ ਉੱਥੇ ਅਕਾਵਟ ਹੈ, ਨਾ ਥਕਾਵਟ ਹੈ। ਮਨ ਜੇ ਜੁੜਿਆ ਹੋਵੇ, ਜੇ ਸਤਿਗੁਰਾਂ ਦੇ ਨਾਲ ਮਨ ਦੇ ਵਿੱਚ ਪ੍ਰੇਮ ਹੈ ਪਿਆਰੇ, ਉੱਥੇ ਫਿਰ ਨਾ ਗਰਮੀ ਲੱਗਦੀ ਹੈ, ਨਾ ਸਰਦੀ। ਸਤਿਗੁਰਾਂ ਦੇ ਪਿਆਰ ਦੇ ਵਿੱਚ ਇਹ ਭਾਵਨਾ ਰੱਖੀਏ ਕਿ ਮਹਾਰਾਜ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਨੂੰ ਆਪਣੇ ਚਰਨਾਂ ਦੇ ਵਿੱਚ ਜੁੜਨ ਦਾ ਇਹ ਵੇਲਾ ਬਖਸ਼ਿਸ਼ ਕੀਤਾ ਹੈ, ਤਰਸ ਕਰਕੇ ਰਹਿਮ ਕਰਕੇ। ਨਹੀਂ ਤੇ ਆਪੋ ਆਪਣੇ ਮਨਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ, ਸਾਡੇ ਮਨ ਦੇ ਖਿਆਲ ਕਿਹੋ ਜਿਹੇ ਨੇ, ਫੁਰਨੇ ਕਿਹੋ ਜਿਹੇ ਨੇ, ਫਿਰ ਵੀ ਸਾਡੇ ਕਰਮਾਂ ਨੂੰ, ਸਾਡੇ ਗੁਨਾਹਾਂ ਨੂੰ, ਸਾਡੇ ਵਿੱਚ ਉਗਨਾਂ ਨੂੰ ਨਾ ਵੇਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਤਸੰਗਤ ਕਰਨ ਦਾ ਇਹ ਵੇਲਾ ਬਖਸ਼ਿਸ਼ ਕੀਤਾ। ਤੇ ਆਓ ਸਤਿਗੁਰਾਂ ਦੇ ਪਿਆਰ ਦੇ ਵਿੱਚ ਕੱਲ ਦੀ ਜੋ ਵਿਚਾਰ ਚੱਲ ਰਹੀ ਸੀ ਭਾਈ ਮਨਸੁਖ ਰਾਜੇ ਸ਼ਿਵਨਾਭ ਦੀ, ਜਦੋਂ ਭਾਈ ਮਨਸੁਖ ਦੇ ਕੋਲੋਂ ਗੂੜ ਗਿਆਨ ਦੀਆਂ ਗੱਲਾਂ
ਇਸ ਪਵਸਾਗਰ ਤੋਂ ਪਾਰ ਹੋਣ ਦੇ ਜਦੋਂ ਬਚਨ ਸੁਣੇ ਨਾ ਰਾਜੇ ਸ਼ਿਵਨਾਭ ਨੇ ਭਾਈ ਮਨਸੁਖ ਦੇ ਕੋਲੋਂ ਸਮਝ ਗਿਆ ਕਿ ਇਹਨੂੰ ਕੋਈ ਪੂਰਾ ਗੁਰੂ ਮਿਲਿਆ। ਇਹਦੇ ਕੋਲ ਜਿਹੜਾ ਗੁਰੂ ਹੈ, ਜਿਹੜਾ ਇਹਨੂੰ ਗੁਰੂ ਮਿਲਿਆ, ਜਿਸ ਗੁਰੂ ਨੂੰ ਇਹਨੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ, ਜਿਹਨੂੰ ਗੁਰੂ ਧਾਰਿਆ, ਉਹ ਕਾਮਲ ਗੁਰੂ ਹੈ, ਪੂਰਾ ਗੁਰੂ ਹੈ। ਤੇ ਪੁੱਛਿਆ, ਫਿਰ ਦੱਸਿਆ ਭਾਈ ਮਨਸੁਖ ਨੇ ਕਿ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਰਾਜੇ ਨੇ ਪੁੱਛਿਆ ਉਹਨਾਂ ਦਾ ਜਨਮ ਕਿੱਥੋਂ ਦਾ ਹੈ। ਦੱਸਿਆ ਪੰਜਾਬ ਦੀ ਧਰਤੀ ਰਾਏ ਭੋਏ ਦੀ ਤਲਵੰਡੀ, ਇਸ ਵੇਲੇ ਸੁਲਤਾਨਪੁਰ ਦੀ ਧਰਤੀ ਤੇ ਸੰਗਤਾਂ ਨੂੰ ਤਾਰਦੇ ਪਏ ਨੇ, ਸੰਸਾਰ ਨੂੰ ਤਾਰਦੇ ਪਏ ਨੇ। ਤੇ ਰਾਜਾ ਸ਼ਿਵਨਾਭ ਫਿਰ ਬੇਨਤੀ ਕਰਦਾ, ਕਿਉਂਕਿ ਅੰਦਰ ਸ਼ਰਧਾ ਜਾਗ ਪਈ, ਪਿਆਰ ਜਾਗ ਪਿਆ ਸਤਿਗੁਰਾਂ ਦੇ ਪ੍ਰਤੀ। ਭਾਈ ਮਨਸੁਖ ਦਾ ਜੀਵਨ ਵੇਖ ਕੇ, ਭਾਈ ਮਨਸੁਖ ਦੇ ਕੋਲੋਂ ਸਤਿਗੁਰਾਂ ਦੀ ਸੋਭਾ ਸੁਣ ਕੇ, ਵਡਿਆਈ ਸੁਣ ਕੇ, ਮਨ ਦੇ ਵਿੱਚ ਇਹ ਇੱਛਾ ਹੋਈ ਕਿ ਕਿਉਂ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਐਸੇ ਸਤਿਗੁਰ ਦੇ ਦਰਸ਼ਨ ਕੀਤੇ ਜਾਣ, ਜਿਸ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਜਨਮਾਂ ਜਨਮਾਂ ਦੀ ਜਿਹੜੀ ਮੈਲ ਕੱਟੀ ਜਾਵੇ। ਹੁਣ ਕਹਿੰਦਾ ਰਾਜਾ ਸ਼ਿਵਨਾਭ, ਕਿਉਂਕਿ ਭਾਈ ਮਨਸੁਖ ਗਿਆ ਸੀ ਉੱਥੇ ਵਪਾਰ ਕਰਨ ਵਾਸਤੇ, ਸੌਦਾ ਲੈ ਕੇ ਗਿਆ ਸੀ, ਸਮੱਗਰੀ ਲੈ ਕੇ ਗਿਆ ਸੀ। ਰਾਜਾ ਕਹਿੰਦਾ ਏਦਾਂ ਕਰ, ਜਿੰਨਾ ਵੀ ਤੂੰ ਸੌਦਾ ਲੈ ਕੇ ਆਇਆ ਨਾ, ਜਿੰਨਾ ਵੀ ਸਮਾਨ ਲੈ ਕੇ ਆਇਆ ਸਾਰਾ ਮੈਂ ਖਰੀਦ ਲੈਣਾ, ਸਾਰਾ ਜਿੰਨਾ ਵੀ ਸਮੱਗਰੀ ਤੇਰੇ ਕੋਲ ਹੈ ਵਪਾਰ ਕਰਨ ਦਾ, ਜਿੰਨਾ ਵੀ ਸਮਾਨ ਤੂੰ ਲੈ ਕੇ ਆਇਆ ਸਾਰਾ ਮੈਂ ਖਰੀਦ ਲੈਣਾ, ਬਸ ਤੂੰ ਮੇਰੇ ਨਾਲ ਚੱਲ, ਮੈਨੂੰ ਨਾਲ ਲੈ ਕੇ ਚੱਲ ਆਪਣੇ ਗੁਰੂ ਦੇ ਕੋਲ, ਮੈਂ ਦਰਸ਼ਨ ਕਰਨੇ ਨੇ ਐਸੇ ਸਤਿਗੁਰ ਦੇ। ਮਨ ਦੇ ਵਿੱਚ ਇੱਛਾ ਜਾਗੀ ਹੈ। ਭਾਈ ਮਨਸੁਖ ਕਹਿੰਦਾ ਹੈ ਏਦਾਂ ਨਹੀਂ, ਤੂੰ ਇਸ ਦੇਸ਼ ਦਾ, ਇਸ ਸ਼ਹਿਰ ਦਾ ਮਾਲਕ ਹੈ, ਰਾਜਾ ਹੈ, ਤੂੰ ਚੱਲਿਆ ਜਾਏਗਾ, ਇੱਥੋਂ ਆਪਾਂ ਜਾਵਾਂਗੇ, ਸਫ਼ਰ ਜਿਹੜਾ ਪੈਂਡਾ ਬੜਾ ਲੰਮਾ, ਤੈਨੂੰ ਕਈ ਦਿਨ ਕਿੰਨਾ ਹੀ ਸਮਾਂ ਲੱਗ ਜਾਏਗਾ, ਫਿਰ ਜਾ ਕੇ ਆਪਾਂ ਸਤਿਗੁਰਾਂ ਦੇ ਕੋਲ ਪਹੁੰਚਾਂਗੇ, ਦਰਸ਼ਨ ਕਰਾਂਗੇ, ਤੂੰ ਏਦਾਂ ਕਰ, ਮੇਰੇ ਜਿਹੜੇ ਸਤਿਗੁਰੂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਅੰਤਰਜਾਮੀ ਨੇ, ਦਿਲਾਂ ਦੀਆਂ ਜਾਨਣ ਹਾਰ ਨੇ, ਤੂੰ ਇੱਥੇ ਹੀ ਪ੍ਰੇਮ ਦੇ ਵਿੱਚ ਉਹਨਾਂ ਨੂੰ ਆਵਾਜ਼ਾਂ ਮਾਰ, ਉਹਨਾਂ ਦੇ ਅੱਗੇ ਬੇਨਤੀਆਂ ਕਰ, ਅਰਦਾਸਾਂ ਕਰ, ਤੈਨੂੰ ਇੱਥੇ ਹੀ ਆ ਕੇ ਦਰਸ਼ਨ ਦੇਣਗੇ, ਜੇ ਤੇਰਾ ਪ੍ਰੇਮ ਸੱਚਾ, ਤੇਰੀ ਭਾਵਨਾ ਸੱਚੀ ਹੈ, ਇੱਦਾਂ ਗੱਲ ਨਹੀਂ ਬਣਨੀ, ਤੂੰ ਜੇ ਚਲਿਆ ਗਿਆ, ਤੇਰੇ ਦੇਸ਼ ਦਾ ਜਿਹੜਾ ਕੰਮ ਕਾਰ ਹੈ, ਸ਼ਹਿਰ ਦਾ ਕੰਮ, ਇਹ ਕੌਣ ਸੰਭਾਲੇਗਾ। ਭਾਈ ਮਨਸੁਖ ਕਹਿੰਦਾ ਤੂੰ ਇੱਥੇ ਹੀ ਰਹਿ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕਰ, ਪ੍ਰੇਮ ਦੀ ਡੋਰੀ ਦੇ ਨਾਲ ਉਹਨਾਂ ਨੂੰ ਖਿੱਚਾ ਪਾ, ਪ੍ਰੇਮ ਦੀ ਡੋਰੀ ਦੇ ਬੱਝੇ ਹੋਏ ਇੱਕ ਦਿਨ ਤੇਰੀ ਸ਼ਰਧਾ ਵੇਖ ਕੇ, ਤੇਰਾ ਪਿਆਰ ਵੇਖ ਕੇ ਤੈਨੂੰ ਆ ਕੇ ਜ਼ਰੂਰ ਦਰਸ਼ਨ ਦੇਣਗੇ। ਮੰਨ ਗਿਆ ਰਾਜਾ, ਰਾਜਾ ਸ਼ਿਵਨਾਭ ਮੰਨ ਗਿਆ। ਹੁਣ ਜਿੰਨੇ ਦਿਨ ਵੀ ਭਾਈ ਮਨਸੁਖ ਉੱਥੇ ਰਿਹਾ, ਸੰਗਲਾ ਦੀਪ ਜਿਹੜਾ ਵਪਾਰ ਕਰਦਾ, ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਦੋਂ ਵੀ ਰਾਜਾ ਬੁਲਾਉਂਦਾ, ਭਾਈ ਮਨਸੁਖ ਰਾਜੇ ਦੇ ਦਰਬਾਰ ਦੇ ਵਿੱਚ ਹਾਜ਼ਰ ਹੁੰਦਾ, ਰਾਜਾ ਨਾ ਭਾਈ ਮਨਸੁਖ ਦੇ ਕੋਲੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਪੁੱਛੀ ਜਾਂਦਾ, ਮੈਨੂੰ ਹੋਰ ਦੱਸ ਸਤਿਗੁਰਾਂ ਦੇ ਬਾਰੇ, ਸਤਿਗੁਰਾਂ ਦੀ ਵਡਿਆਈ ਨੂੰ, ਸੋਭਾ ਨੂੰ ਹਰ ਵੇਲੇ ਸੁਣ ਸੁਣ ਕੇ ਰੱਜਦਾ ਨਹੀਂ, ਕਿਉਂਕਿ ਪਿਆਰ ਵਾਲੇ ਜਿਹੜੇ ਹੁੰਦੇ ਨੇ ਗੁਰਸਿੱਖ, ਜਿਹੜੇ ਗੁਰਮੁਖ ਹੁੰਦੇ ਨੇ, ਉਹ ਆਪਣੇ ਗੁਰੂ ਦੀ ਵਡਿਆਈ ਨੂੰ ਸੁਣ ਕੇ ਰੱਜਦੇ ਨਹੀਂ।
ਗੁਰ ਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ। ਭਾਈ ਮਨ ਸੁਖ ਦੇ ਕੋਲੋਂ ਸਤਿਗੁਰ ਦੀ ਵਡਿਆਈ ਨੂੰ ਸੁਣਦੇ ਰਾਜਾ ਸ਼ਿਵਨਾਭ ਤੇ ਨਾਲ ਫਿਰ ਜਿਹੜਾ ਜਿਹੜੇ ਸ਼ਬਦ ਭਾਈ ਮਨਸੁਖ ਨੇ ਗੁਰੂ ਬਾਣੀ ਦੇ ਲਿਖੇ ਹੋਏ ਸਨ ਉਹ ਸ਼ਬਦ ਵੀ ਸੁਣਦਾ ਮੈਨੂੰ ਉਸ ਗੁਰੂ ਦੇ ਬਚਨ ਸੁਣਾ ਉਸ ਗੁਰੂ ਦੀ ਪਵਿੱਤਰ ਬਾਣੀ ਨੂੰ ਸੁਣਾ ਤੇ ਜਿਹੜਾ ਪਿਆਰਿਓ ਸਾਹਿਬ ਦੀਆਂ ਪਿਆਰੇ ਦੀਆਂ ਕੋਈ ਗੱਲਾਂ ਸੁਣਾਵੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੈ ਸਾਹਿਬ ਕੀ ਜੇ ਬਾਤ ਜੀ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵਡੇ ਕਰ ਬੈਸਣ ਦੀਜੈ ਵੇਣ ਸਿਰ ਸੇਵ ਕਰੀਜੈ। ਕਹਿੰਦੇ ਕਿ ਜੇ ਕੋਈ ਪਿਆਰੇ ਦੀਆਂ ਗੁਰੂ ਦੀਆਂ ਸਾਹਿਬ ਦੀਆਂ ਕੋਈ ਵਡਿਆਈਆਂ ਸੁਣਾਵੇ ਕੋਈ ਬਾਤਾਂ ਸੁਣਾਵੇ ਕੋਈ ਸਿਫਤਾਂ ਸੁਣਾਵੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਜਿਹੜਾ ਮੇਰੇ ਸਾਹਿਬ ਦੀ ਮੈਨੂੰ ਗੱਲ ਸੁਣਾਵੇ ਉਹਨੂੰ ਕੀ ਭੇਟਾ ਦਈਏ ਕੀ ਭੇਟਾ ਦਈਏ। ਤੇ ਮਹਾਰਾਜ ਕਹਿੰਦੇ ਸੀਸ ਵਡੇ ਕਰ ਬੈਸਣ ਦੀਜੈ ਆਪਣਾ ਸਿਰ ਵੱਢ ਕੇ ਉਹਦੇ ਬਹਿਣ ਦੇ ਵਾਸਤੇ ਮੂੜਾ ਬਣਾ ਦੇਵੋ ਤੇ ਬਿਨਾਂ ਸਿਰ ਤੋਂ ਉਹਦੀ ਸੇਵਾ ਕਰੋ ਭਾਵ ਕੇ ਆਪਣੀ ਹਉਮੈ ਦਾ ਆਪਣੀ ਮੈਂ ਦਾ ਆਪਣੇ ਹੰਕਾਰ ਦਾ ਸਿਰ ਵੱਢ ਕੇ ਇਹੋ ਜਿਹੇ ਪਿਆਰੇ ਦੀ ਸੇਵਾ ਕਰਨੀ ਚਾਹੀਦੀ ਹੈ ਸੰਗਤ ਕਰਨੀ ਚਾਹੀਦੀ ਹੈ। ਪੜ੍ਹਿਓ ਸਾਰੇ ਮੈਨੂੰ ਲੱਗਦਾ ਹੈ ਜਾਣ ਤੋਂ ਪਿਆਰਾ ਗੱਲਾਂ ਜੋ ਸੁਣਾਵੇ ਤੇਰੀਆਂ ਲੱਗਦਾ ਹੈ ਜਾਣ ਤੋਂ ਪਿਆਰਾ ਗੱਲਾਂ ਜਦੋਂ ਕੋਈ ਸਾਹਿਬ ਦੀ ਬਾਤ ਸੁਣਾਏ
ਪਿਆਰੇ ਦੀ ਗੱਲ ਸੁਣਾਏ ਤੇ ਉਹਨਾਂ ਦੇ ਅੰਦਰ ਕਿੰਨਾ ਕੁ ਪਿਆਰ ਹੁੰਦਾ ਕਿ ਸਾਹਿਬ ਦੀ ਗੱਲ ਸੁਣਾਉਣ ਵਾਲੇ ਨੂੰ ਕੋਈ ਜਨ ਹਰ ਸਿਉਂ ਦੇਵੇ ਜੋਰ ਚਰਨ ਗਹੋਂ ਬਕੋਂ ਸੁਬਰਸਨਾ ਦੀਜੈ ਪ੍ਰਾਣ ਅਕੋਰ। ਕਹਿੰਦੇ ਕਿ ਕੀ ਭੇਟਾ ਦਈਏ ਜਿਹੜਾ ਸਾਹਿਬ ਦੇ ਨਾਲ ਜੋੜੇ, ਜਿਹੜਾ ਸਾਹਿਬ ਦੀਆਂ ਗੱਲਾਂ ਸੁਣਾਵੇ ਬਾਤਾਂ ਸੁਣਾਵੇ। ਕਹਿੰਦੇ ਆਪਣੇ ਪ੍ਰਾਣ ਹੀ ਉਹਦੇ ਅੱਗੇ ਭੇਟ ਕਰ ਦਿਓ। ਕਿੰਨਾ ਕੁ ਪਿਆਰ ਗੱਲ ਹੈ ਪਿਆਰਿਓ, ਪ੍ਰੇਮ ਦੀ। ਜਿਨ੍ਹਾਂ ਦਾ ਪ੍ਰੇਮ ਹੈ ਗੁਰੂ ਦੇ ਨਾਲ, ਉਹਨਾਂ ਦੇ ਕੰਨ ਗੁਰੂ ਦੀ ਵਡਿਆਈ ਨੂੰ, ਗੁਰੂ ਦੀ ਸੋਭਾ ਨੂੰ, ਗੁਰੂ ਦੀਆਂ ਸਿਫਤਾਂ ਨੂੰ ਸੁਣ ਸੁਣ ਕੇ ਰੱਜਦੇ ਹੀ ਨਹੀਂ। ਤੇ ਦੂਜੇ ਪਾਸੇ ਜਿਹੜਾ ਦੁਨੀਆਦਾਰ ਹੈ ਉਹਦੇ ਕੰਨ ਦੂਜਿਆਂ ਦੀ ਨਿੰਦਿਆ ਸੁਣ ਕੇ ਨਹੀਂ ਰੱਜਦੇ ਤੇ ਆਪਣੀ ਵਡਿਆਈ ਸੁਣ ਕੇ ਨਹੀਂ ਰੱਜਦੇ। ਕਿੰਨਾ ਫਰਕ ਹੈ ਗੁਰੂ ਵਾਲਾ ਪਿਆਰ ਵਾਲਾ ਪ੍ਰੇਮ ਵਾਲਾ ਗੁਰੂ ਦੀ ਵਡਿਆਈ ਸੁਣ ਸੁਣ ਕੇ ਨਹੀਂ ਰੱਜਦਾ ਤੇ ਜਿਹੜਾ ਦੁਨੀਆਦਾਰ ਹੈ ਦੁਨੀਆ ਦੀਆਂ ਬਾਤਾਂ ਸੁਣ ਸੁਣ ਕੇ ਉਹਦੇ ਕੰਨ ਨਹੀਂ ਰੱਜਦੇ। ਫਰਕ ਹੈ ਨਾ। ਜਦੋਂ ਰੋਜ਼ ਜਾਇਆ ਕਰਨਾ ਭਾਈ ਮਨਸੁਖ ਨੇ ਸਮਾਂ ਕੱਢ ਕੇ ਰਾਜੇ ਸ਼ਿਵ ਨਾਮ ਨੇ ਪ੍ਰੇਮ ਦੇ ਵਿੱਚ ਭਿੱਜ ਕੇ ਸਤਿਗੁਰਾਂ ਦੀਆਂ ਬਾਤਾਂ ਸੁਣਨੀਆਂ, ਬਾਣੀ ਨੂੰ ਸੁਣਨਾ, ਗੁਰਬਾਣੀ ਦੇ ਸ਼ਬਦਾਂ ਨੂੰ ਸੁਣਨਾ ਤੇ ਭਾਈ ਮਨਸੁਖ ਨੇ ਜਿਹੜਾ ਸੌਦਾ ਲੈ ਕੇ ਗਿਆ ਸੀ ਉਹਦਾ ਸਾਰਾ ਵਣਜ ਵਪਾਰ ਹੋ ਗਿਆ, ਸਾਰਾ ਵਿਕ ਗਿਆ। ਜਾਣ ਦਾ ਸਮਾਂ ਆਇਆ, ਪਹੁੰਚਿਆ ਰਾਜੇ ਦੇ ਕੋਲ। ਰਾਜਨ ਮੇਰੇ ਜਾਣ ਦਾ ਸਮਾਂ ਆ ਗਿਆ, ਹੁਣ ਮੈਂ ਜਾਣਾ ਚਾਹੁੰਦਾ, ਮੈਨੂੰ ਆਗਿਆ ਦੇਵੋ। ਇੰਨਾ ਸਨੇਹ ਕੀਤਾ ਰਾਜੇ ਸ਼ਿਵਨਾਭ ਨੇ ਭਾਈ ਮਨਸੁਖ ਦੇ ਨਾਲ, ਜਿਵੇਂ ਬੰਦਾ ਆਪਣੇ ਸਰੀਰ ਦੇ ਨਾਲ ਕਰਦਾ, ਜਿਵੇਂ ਅਸੀਂ ਆਪਣੀ ਦੇਹ ਦੇ ਨਾਲ ਆਪਣੇ ਸਰੀਰ ਦੇ ਨਾਲ ਪਿਆਰ ਕਰਦੇ ਹਾਂ। ਰਾਜੇ ਸ਼ਿਵਨਾਭ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ, ਅੱਗੇ ਤੇ ਧਰਵਾਸ ਮਿਲਦਾ ਸੀ, ਇਹ ਮੈਨੂੰ ਮੇਰੇ ਪਿਆਰੇ ਦੀਆਂ ਬਾਤਾਂ ਆ ਕੇ ਸੁਣਾਉਂਦਾ ਸੀ, ਗੱਲਾਂ ਸੁਣਾਉਂਦਾ ਸੀ, ਇਹ ਵੀ ਚੱਲਿਆ, ਹੁਣ ਮੇਰੇ ਦਿਨ ਕਿਵੇਂ ਲੰਘਣਗੇ, ਇਹ ਵਿਛੋੜੇ ਵਾਲਾ ਸਮਾਂ ਕਿਵੇਂ ਲੰਘੇਗਾ। ਕਿਉਂਕਿ ਜਿਹੜਾ ਵਿਛੋੜੇ ਵਾਲਾ ਸਮਾਂ ਹੈ ਨਾ ਪਿਆਰੇ, ਇਹ ਬੜਾ ਔਖਾ ਲੰਘਦਾ। ਗੁਰਬਾਣੀ ਦੇ ਬਚਨ ਨੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਬਿਰਹੋ ਭਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੋਰਾ ਹੋਏ। ਕਹਿੰਦੇ ਕਿ ਜਿਹਨੂੰ ਵਿਛੋੜਾ ਲੱਗ ਜੇ ਨਾ, ਗੁਰੂ ਦੇ ਦਰਸ਼ਨਾਂ ਦੀ ਤੜਫ ਲੱਗ ਜੇ, ਤੇ ਭਗਤ ਜੀ ਕਹਿੰਦੇ ਨੇ ਬਿਰਹੋ ਰੂਪੀ ਨਾਗ ਆ ਕੇ ਹਿਰਦੇ ਤੇ ਬਹਿ ਜੇ। ਵਿਛੋੜੇ ਵਾਲਾ ਨਾਗ ਜਿਸ ਹਿਰਦੇ ਦੇ ਵਿੱਚ ਆ ਕੇ ਬਹਿ ਜੇ, ਰਾਮ ਵਿਯੋਗੀ ਨਾ ਜੀਏ, ਰਾਮ ਦਾ ਜਿਹੜਾ ਵਿਯੋਗੀ ਹੈ ਜਿਹਨੂੰ ਵਿਛੋੜਾ ਲੱਗੇ, ਅੰਦਰ ਦਰਸ਼ਨਾਂ ਦੀ ਤੜਪ ਹੈ ਪਿਆਰੇ ਦੇ, ਜਾਂ ਤੇ ਉਹ ਜਿਉਂਦਾ ਨਹੀਂ ਤੇ ਜੇ ਜਿਉਂਦਾ ਸੰਸਾਰ ਦੇ ਵਿੱਚ ਜੀਏ ਤਾਂ ਬੋਰਾ ਹੋਏ, ਬੋਰਾ ਹੋ ਕੇ ਦੀਵਾਨਿਆਂ ਦੀ ਤਰ੍ਹਾਂ। ਤਾਂ ਕਰਕੇ ਤਾਂ ਜਿਹੜੇ ਪਿਆਰੇ ਇਸ ਅਵਸਥਾ ਦੇ ਵਿੱਚੋਂ ਲੰਘੇ, ਸੰਸਾਰਕ ਲੋਕਾਂ ਨੇ, ਦੁਨੀਆਦਾਰ ਲੋਕਾਂ ਨੇ ਉਹਨਾਂ ਨੂੰ ਕਮਲਾ ਆਖਿਆ, ਉਹਨਾਂ ਨੂੰ ਪਾਗਲ ਆਖਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਆਖਿਆ ਲੋਕਾਂ ਨੇ। ਜਦੋਂ ਸੱਚੇ ਪਾਤਸ਼ਾਹ ਜੀ ਭਾਵੇਂ ਕਿ ਆਪ ਨਿਰੰਕਾਰ ਦਾ ਰੂਪ ਨੇ, ਪਰ ਫਿਰ ਵੀ ਦੱਸਿਆ ਜਦੋਂ ਕੋਈ ਰੱਬ ਦਾ ਪਿਆਰਾ ਇਸ ਅਵਸਥਾ ਦੇ ਵਿੱਚੋਂ ਲੰਘਦਾ, ਵਿਛੋੜੇ ਵਾਲੀ ਅਵਸਥਾ ਦੇ ਵਿੱਚ ਵਿਚਰਦਾ ਤੇ ਦੁਨੀਆ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ, ਜਿਸ ਲਾਗੀ ਪੀਰ ਪੀਰਾਮ ਕੀ ਸੋ ਜਾਣੈ ਜਰੀਆ। ਜਿਹਨੂੰ ਇਹ ਅੰਦਰ ਤੜਪ ਹੈ, ਇਹ ਦਰਦ ਹੈ, ਜਿਸ ਹਿਰਦੇ ਦੇ ਵਿੱਚ ਮਾਲਕ ਨੂੰ ਮਿਲਣ ਦੀ, ਰੱਬ ਨੂੰ ਮਿਲਣ ਦੀ ਤੜਪ ਹੈ ਨਾ, ਮਹਾਰਜ ਕਹਿੰਦੇ ਇਸ ਪੀੜ ਨੂੰ, ਇਸ ਵਿਛੋੜੇ ਦੀ ਤੜਪ ਨੂੰ
ਇਸ ਪੀੜ ਨੂੰ ਜਰਨ ਵਾਲਾ ਹੀ ਜਾਣਦਾ ਦੂਜਾ ਸਮਝ ਨਹੀਂ ਸਕਦਾ ਤਾਂ ਕਰਕੇ ਤੇ ਫਿਰ ਆਖਿਆ ਲੋਕਾਂ ਨੇ ਮਹਾਰਾਜ ਕਹਿੰਦੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪਿਆ ਦੀਵਾਨਾ ਸਾਹ ਕਾ ਨਾਨਕ ਬੋਲਾਂ ਮਹਾਰਾਜ ਕਹਿੰਦੇ ਵੇਖਣ ਵਾਲਿਆਂ ਨੇ ਆਖਿਆ ਕਿ ਇਹ ਬੇਤਾਲਾ ਕਿਸੇ ਨੇ ਆਖਿਆ ਇਹ ਭੂਤਨਾ ਇਹਦੇ ਵਿੱਚ ਭੂਤ ਵੜ ਗਿਆ ਕਿਸੇ ਨੇ ਕੁੜਾਈਆ ਆਖਿਆ ਕਿਸੇ ਨੇ ਆਖਿਆ ਬੇਤਾਲਾ ਇਹਨੂੰ ਜ਼ਿੰਦਗੀ ਨੂੰ ਜਿਉਣ ਦੀ ਤਾਲ ਦਾ ਹੀ ਨਹੀਂ ਪਤਾ ਜ਼ਿੰਦਗੀ ਨੂੰ ਜਿਉਣ ਦੀ ਸਮਝ ਹੀ ਨਹੀਂ ਕਿਵੇਂ ਜ਼ਿੰਦਗੀ ਨੂੰ ਜਿਉਈਦਾ ਤੇ ਮਹਾਰਾਜ ਕਹਿੰਦੇ ਹਾਂ ਮੈਂ ਦੀਵਾਨਾ ਹਾਂ ਮੈਂ ਬੋਰਾ ਹਾਂ ਮੈਂ ਪਾਗਲ ਪਰ ਆਪਣੇ ਸਾਹਿਬ ਦੇ ਆਪਣੇ ਮਾਲਕ ਦੇ ਪਿਆਰ ਦੇ ਵਿੱਚ ਮੈਂ ਬੋਰਾ ਹੋਇਆ ਦੀਵਾਨਾ ਹੋਇਆ ਤਾਂ ਕਰਕੇ ਤੇ ਬਾਣੀ ਦੇ ਅੰਦਰ ਬਚਨ ਹੁੰਦੇ ਨੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਇਸੇ ਕਰਕੇ ਪਿਆਰਿਓ ਭਗਤਾਂ ਤੇ ਸੰਸਾਰੀਆਂ ਦਾ ਕਦੇ ਵੀ ਜੋੜ ਨਹੀਂ ਆ ਸਕਦਾ ਕਿਉਂਕਿ ਸੰਸਾਰ ਸਮਝ ਨਹੀਂ ਸਕਦਾ ਭਗਤਾਂ ਦੀ ਅਵਸਥਾ ਨੂੰ ਪਿਆਰਿਆਂ ਦੀ ਅਵਸਥਾ ਨੂੰ ਪਿਆਰ ਵਾਲਿਆਂ ਦੀ ਅਵਸਥਾ ਨੂੰ ਹੁਣ ਭਾਈ ਮਨਸੁਖ ਕਹਿੰਦਾ ਕਿਉਂਕਿ ਜਿਹੜਾ ਵਿਛੋੜੇ ਦਾ ਸਮਾਂ ਹੈ ਨਾ ਦੁੱਖ ਵਾਲਾ ਸਮਾਂ ਦੁਨਿਆਵੀ ਪੱਖੋਂ ਲੈ ਲਓ ਸੁੱਖ ਦੇ ਦਿਨ ਹੁਣ ਪਿਆਰਿਓ ਪਤਾ ਹੀ ਨਹੀਂ ਲੱਗਦਾ ਜਦੋਂ ਸੁੱਖ ਦੇ ਦਿਨ ਆਉਂਦੇ ਨੇ ਜੀਵਨ ਦੇ ਵਿੱਚ ਜਦੋਂ ਸੁੱਖ ਹੁੰਦਾ ਪਿਆਰਿਓ ਪਤਾ ਹੀ ਨਹੀਂ ਲੱਗਦਾ ਕਦੋਂ ਸਮਾਂ ਲੰਘਿਆ ਜਦੋਂ ਦੁੱਖ ਹੁੰਦਾ ਨਾ ਜੀਵਨ ਦੇ ਵਿੱਚ ਤੇ ਪਿਆਰਿਓ ਇੱਕ ਇੱਕ ਪਲ ਰੁਕ ਰੁਕ ਕੇ ਲੰਘਦਾ ਇਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਦੁੱਖ ਹੋਵੇ ਨਾ ਜ਼ਿੰਦਗੀ ਦੇ ਵਿੱਚ ਦੁਨਿਆਵੀ ਪੱਖੋਂ ਵੀ ਜਦੋਂ ਦੁੱਖ ਆਉਂਦਾ ਸਮਾਂ ਬੜਾ ਔਖਾ ਲੰਘਦਾ ਤੇ ਰੂਹਾਨੀਅਤ ਵਾਲੇ ਪਾਸੇ ਵੀ ਪਿਆਰਿਓ ਜਦੋਂ ਇਹ ਦੁੱਖ ਵਾਲਾ ਵਿਛੋੜੇ ਵਾਲਾ ਜਿਹੜਾ ਦੁੱਖ ਹੈ ਨਾ ਇਹ ਸਮਾਂ ਵੀ ਬੜਾ ਔਖਾ ਲੰਘਦਾ ਮਹਾਰਾਜ ਕਹਿੰਦੇ ਨੇ ਚਾਰ ਪਹਿਰ ਚੋ ਜੁਗੇ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣੈ ਕਹਿੰਦੇ ਕਿ ਪਿਆਰ ਵਾਲੇ ਵਾਸਤੇ ਵਿਛੋੜੇ ਵਾਲੇ ਵਾਸਤੇ ਚਾਰ ਪੈਰ ਚੋ ਜੁਗਾਂ ਦੇ ਸਮਾਨ ਲੰਘਦੇ ਨੇ ਵੇਖੋ ਕਿੰਨੇ ਕੁ ਅੰਦਰ ਤੜਪ ਹੋਏਗੀ ਕਿੰਨਾ ਕੁ ਪਿਆਰ ਹੋਏਗਾ ਮਹਾਰਾਜ ਕਹਿੰਦੇ ਚਾਰ ਪਹਿਰ ਜੋ ਜੁਗੇ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣੈ ਪੜਿਓ ਸਾਰੇ ਰੁਕ ਰੁਕ ਲੰਘਦਾ ਸਮਾਂ ਏ ਵਿਛੋੜੇ ਵਾਲਾ ਰੁਕ ਰੁਕ ਲੰਘਦਾ ਸਮਾਏ ਵਿਛੋੜੇ ਵਾਲਾ ਰੁਕ ਰੁਕ ਲੰਘਦਾ ਸਮਾਏ ਵਿਛੋੜੇ ਵਾਲਾ ਰੁਕ ਰੁਕ ਲੰਘਦਾ ਸਮਾਏ ਵਿਛੋੜੇ ਵਾਲਾ ਸਮਾਏ
ਰਾਮ ਦਾ ਵਜੋਗੀ ਜੇ ਜਿਉਂਦੇ ਤੇ ਬੋਰਾ ਹੋ ਕੇ ਬੜਾ ਧਰਵਾਸ ਦਿੱਤਾ ਭਾਈ ਮਨਸੁਖ ਨੇ ਰਾਜੇ ਨੂੰ ਬੇਨਤੀਆਂ ਕਰੀ ਚੱਲ ਜੋਦੜੀਆਂ ਕਰੀ ਚੱਲ ਅਰਦਾਸਾਂ ਕਰੀ ਚੱਲ ਪੁਕਾਰਾਂ ਕਰੀ ਚੱਲ ਕਬੀਰ ਕੇਸੋ ਕੇਸੋ ਕੂਕੀਐ ਕਬਹੂ ਕੇ ਸੁਣੇ ਪੁਕਾਰ ਕੁੱਕੀ ਚੱਲ ਗੁਨੂ ਗੁਰੂ ਕਰੀ ਚੱਲ ਪੁਕਾਰੀ ਚੱਲ ਕਦੇ ਤੇ ਕਦੇ ਗੁਰੂ ਤੇਰੀ ਪੁਕਾਰ ਸੁਣੇਗਾ ਹੀ ਅੰਤਰ ਜਾਮੀ ਨੇ ਦਿਲਾਂ ਦੀਆਂ ਜਾਣਦੇ ਨੇ ਏਦਾਂ ਧਰਵਾਸ ਦੇ ਕੇ ਭਰੋਸਾ ਦੇ ਕੇ ਭਾਈ ਮਨਸੁਖ ਵਾਪਸ ਆ ਜਾਂਦਾ ਰਾਜਾ ਸ਼ਿਵਨਾਥ ਹੁਣ ਦਿਨ ਰਾਤ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀ ਜਾਂਦਾ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਸਤਿਗੁਰਾਂ ਦੇ ਪਿਆਰ ਦੇ ਵਿੱਚ ਭਿੱਜ ਕੇ ਬੇਨਤੀਆਂ ਕਰਦੇ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨੀ ਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ ਇਹੋ ਜੀ ਅਵਸਥਾ ਰਾਜੇ ਸ਼ਿਵਨਾਵ ਤੇ ਆ ਗਈ ਇੰਨਾ ਕੁ ਵਿਰਾਗ ਅੰਦਰ ਪਿਆਰ ਦੇ ਵਿੱਚ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨ ਨੂੰ ਚੈਨ ਨਹੀਂ ਖਾਣਾ ਪੀਣਾ ਵੀ ਭੁੱਲ ਗਿਆ ਸੋਣਾ ਵੀ ਭੁੱਲ ਗਿਆ ਬਸ ਇੱਕੋ ਹੀ ਹੈ ਇੱਕੋ ਅੰਦਰ ਵਿਚਾਰ ਹੈ ਇੱਕੋ ਹੀ ਖਿਆਲ ਹੈ ਕਦੋਂ ਮੇਰੇ ਸਤਿਗੁਰ ਜੀ ਆਉਣਗੇ ਕਦੋਂ ਸਾਹਿਬ ਜੀ ਆਉਣਗੇ ਕਦੋਂ ਦਰਸ਼ਨ ਹੋਣਗੇ ਕਦੋਂ ਦੀਦਾਰ ਹੋਣਗੇ ਹੁਣ ਪਿਆਰਿਓ ਉੱਥੇ ਉਹ ਰਾਜਾ ਸੀ ਉੱਥੇ ਜਿੰਨੇ ਵੀ ਭੇਖੀ ਫਕੀਰ ਸਨ ਭੇਖੀ ਸਨ ਜਿਹੜੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਰਾਜਾ ਜਿਹੜਾ ਹੈ ਉਹ ਗੁਰੂ ਨਾਨਕ ਮਹਾਰਾਜ ਨੂੰ ਉਡੀਕਦਾ ਉਹਨਾਂ ਭੇਖੀਆਂ ਨੇ ਆਪਣੇ ਨਾਮ ਆਪਣਾ ਨਾਮ ਰੱਖ ਕੇ ਕਿ ਅਸੀਂ ਗੁਰੂ ਨਾਨਕ ਰਾਜੇ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਹੁਣ ਰਾਜਾ ਤੇ ਪਿਆਰ ਦੇ ਵਿੱਚ ਗੁਰੂ ਦੇ ਪਿਆਰ ਦੇ ਵਿੱਚ ਦੀਵਾਨਾ ਹੋਇਆ ਪਿਆ ਸੀ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਕਮਲਾ ਸੀ ਕਿਉਂਕਿ ਦੁਨੀਆਂ ਕਮਲਾ ਹੀ ਕਹਿੰਦੀ ਹੈ ਪਿਆਰ ਵਾਲਿਆਂ ਨੂੰ ਜਿਹੜਾ ਗੁਰਦੁਆਰੇ ਜਾਏ ਨਾ ਜਾਂ ਮਹਾਂਪੁਰਸ਼ਾਂ ਦੀ ਸੰਗਤ ਕਰੇ ਤੇ ਦੁਨੀਆਂ ਕਹਿੰਦੀ ਹੈ ਐਵੇਂ ਰੋਜ਼ ਤੁਰੇ ਰਹਿੰਦੇ ਨੇ ਇਹਨਾਂ ਨੂੰ ਕੀ ਮਿਲਦਾ ਹੈ ਰੋਜ਼ ਹੀ ਤੁਰੇ ਰਹਿੰਦੇ ਨੇ ਪਰ ਜਿਹੜੇ ਪਿਆਰ ਵਾਲੇ ਹੁੰਦੇ ਨੇ ਹਮੇਸ਼ਾ ਯਾਦ ਰੱਖਿਓ ਜਿਹਦਾ ਪ੍ਰੇਮ ਸੱਚਾ ਗੁਰੂ ਦੇ ਨਾਲ ਉਹ ਦੁਨੀਆਂ ਦੀ ਪਰਵਾਹ ਨਹੀਂ ਕਰਦਾ ਜੋ ਮਰਜ਼ੀ ਕਹਿੰਦਾ ਕੋਈ ਕਹੀ ਜਾਵੇ ਪਰ ਮੇਰੀ ਮੇਰੇ ਗੁਰੂ ਦੇ ਨਾਲ ਪ੍ਰੀਤ ਨਹੀਂ ਟੁੱਟਣੀ ਚਾਹੀਦੀ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕਬੀਰ ਮੈਂ ਜਾਣਿਆ ਪੜਬੋ ਭਲੋ ਪੜਬੇ ਸਿਉ ਫਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਗ ਕਹਿੰਦੇ ਕੋਈ ਗੱਲ ਨਹੀਂ ਭਾਵੇਂ ਸਾਰਾ ਸੰਸਾਰ ਨਿੰਦਿਆ ਕਰੇ
पर जिन्हां दे अंदर सच्चा प्रेम है गुरु दे नाल सच्चा प्यार है क्योंकि उन्हां दा मन बेपरवाह दे नाल लग गया जिन्हां दा मन पर बेपरवाह दे नाल जुड़ गया फिर प्यारियो दुनिया की परवाह नहीं करते क्योंकि गुरु की प्रीत दे विच है ही इन्ना आनंद ओ पढ़ने आ ना आपां गुरां दी प्रीत सारे जग नालों मिठी है उन्हां नूं की पता जिन्ना ला के ना डिठी उन्हां नूं नहीं पता उन्हां नूं समझ नहीं उन्हां नूं सार नहीं जिन्हां दी प्रीत जुड़ी है उन्हां नूं पता है गुरु दी प्रीत दे विच जदों जाइए गुरु दे दर ते जाके गुरु दी हजूरी दे विच बह के कीर्तन सुनिए बाणी सुनिए गुरु बाणी दिया विचारा सुनिए किन्ना कु आनंद है दस्या नहीं जा सकता ते भगत कबीर साहब जी दे बचन पढ़ियो इस पंक्ति दे अर्थ भगत ना छाड़ो राम की भावे निंदो लोग प्यार वाला कदे भी प्यारियो भगती वाला अपने गुरु वाला धर्म वाला राह नहीं छड़दा पावे सारी दुनिया एक पासे हो जे पावे निंदिया करे सग जग सारा निंदिया करे जग सारा भगती ना छड़ो रब दी भगती ना छड़ो रब दी ਭਾਵੇਂ ਸੰਸਾਰ ਨਿੰਦਿਆ ਕਰੇ ਜੇ ਤੁਹਾਡੇ ਅੰਦਰ ਪ੍ਰੇਮ ਸੱਚਾ ਹੈ ਤੁਹਾਡੀ ਭਾਵਨਾ ਸੱਚੀ ਹੈ ਤੁਹਾਡੀ ਨੀਅਤ ਦੀ ਪਰਵਾਹ ਕਦੇ ਵੀ ਨਾ ਕਰੋ ਇਸ ਸੰਸਾਰ ਨੇ ਥੋੜੀ ਨਾਲ ਜਾਣਾ ਜਿਹੜਾ ਨਿੰਦਿਆ ਕਰਦਾ ਜੇ ਸੰਸਾਰ ਦੀ ਅਸੀਂ ਪਰਵਾਹ ਕਰਦੇ ਹਾਂ ਕਿ ਲੋਕ ਕੀ ਕਹਿਣਗੇ ਜੇ ਰੋਜ਼ ਗੁਰਦੁਆਰੇ ਜਾਈਏ ਮਹਾਂਪੁਰਖਾਂ ਦੀ ਸੰਗਤ ਕਰੀਏ ਪਿੰਡ ਵਾਲੇ ਕੀ ਕਹਿਣਗੇ ਗੁਆਂਢੀ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਯਾਦ ਰੱਖਿਓ ਜੇ ਸੰਸਾਰ ਦੀ ਤੁਸੀਂ ਪਰਵਾਹ ਕਰਦੇ ਹੋ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਣਾ ਕਿਸੇ ਨੇ ਵੀ ਨਾਲ ਨਹੀਂ ਨਿਭਣਾ ਜੇ ਨਿਭਣਾ ਤੇ ਗੁਰੂ ਨੇ ਨਾਲ ਨਿਭਣਾ ਜੇ ਗੁਰੂ ਦੀ ਅਸੀਂ ਪਰਵਾਹ ਕਰਾਂਗੇ ਗੁਰੂ ਦੇ ਨਾਲ ਅਸੀਂ ਸੱਚਾ ਪ੍ਰੇਮ ਕੀਤਾ ਫਿਰ ਪਿਆਰੇ ਗੁਰੂ ਇਸ ਲੋਕ ਦੇ ਵਿੱਚ ਵੀ ਸਹਾਈ ਹੋਵੇਗਾ ਤੇ ਪਰਲੋਕ ਦੇ ਵਿੱਚ ਵੀ ਜਿੱਥੇ ਕਿਸੇ ਨੇ ਨਾਲ ਨਹੀਂ ਨਿਭਣਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਤੇ ਜਦੋਂ ਭੇਖੀਆਂ ਨੂੰ ਪਤਾ ਲੱਗਿਆ ਨਾ ਕਿ ਰਾਜੇ ਨੂੰ ਉਡੀਕ ਹੈ ਗੁਰੂ ਨਾਨਕ ਦੀ ਤੇ ਆਪੋ ਆਪਣੇ ਨਾਮ ਰਖਾ ਕੇ ਨਾ ਕਿ ਮੈਂ ਗੁਰੂ ਨਾਨਕ ਹਾਂ ਪਹੁੰਚ ਗਏ ਰਾਜੇ ਦੇ ਸ਼ਹਿਰ ਚ ਰਾਜੇ ਦੇ ਨਗਰ ਦੇ ਵਿੱਚ ਰਾਜਾ ਤੇ ਉਹਨੂੰ ਪਿਆਰ ਦੇ ਵਿੱਚ ਬੋਰਾ ਹੋਇਆ ਸੀ ਦੀਵਾਨਾ ਹੋਇਆ ਸੀ ਜਦੋਂ ਕਿਸੇ ਨੇ ਦੱਸਣਾ ਨਾ ਕਿ ਕੋਈ ਫਕੀਰ ਆਇਆ ਉਹ ਆਪਣਾ ਨਾਮ ਗੁਰੂ ਨਾਨਕ ਪਿਆ ਦੱਸਦਾ ਇਹਨੇ ਭੱਜੇ ਜਾਣਾ ਜਾ ਕੇ ਜਦੋਂ ਮਿਲਣਾ ਪਰ ਅੰਦਰ ਮਨ ਦੀ ਸੰਤੁਸ਼ਟੀ ਨਾ ਹੋਣੀ ਜਿਹੜੇ ਇਹਦੇ ਮਨ ਦੇ ਸਵਾਲ ਸਨ
ਉਹਨਾਂ ਦੇ ਅੱਗੇ ਰੱਖਣੇ ਪੂਰੇ ਹੋਣ ਤੇ ਉਹ ਸਵਾਲਾਂ ਦੇ ਜਵਾਬ ਦੇਣ। ਕੋਈ ਪੂਰਾ ਹੋਵੇ ਤੇ ਰਾਜੇ ਦੇ ਮਨ ਦੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ। ਕਦੀ ਕਿਸੇ ਨੇ ਆ ਜਾਣਾ, ਕਦੀ ਕਿਸੇ ਨੇ ਆ ਜਾਣਾ, ਰਾਜੇ ਨੇ ਮਨ ਦੇ ਵਿੱਚ ਬੜਾ ਦੁਖੀ ਹੋਣਾ। ਇੱਕ ਵਾਰੀ ਤੇ ਚਾਹ ਚੜ ਜਾਣਾ ਕਿ ਕੋਈ ਫਕੀਰ ਆਇਆ ਬਾਹਰ ਤੇ ਕਹਿੰਦਾ ਮੈਂ ਗੁਰੂ ਨਾਨਕ ਆ। ਚਾਹ ਚੜ ਜਾਣਾ, ਰੋਮ ਰੋਮ ਖੇੜੇ ਦੇ ਵਿੱਚ ਆ ਜਾਣਾ, ਮੇਰੇ ਸਤਿਗੁਰ ਆ ਗਏ ਨੇ, ਮੇਰੀਆਂ ਬੇਨਤੀਆਂ ਸੁਣ ਕੇ ਜਦੋਂ ਜਾ ਕੇ ਮਿਲਣਾ ਤੇ ਕੋਈ ਮਨ ਨੂੰ ਸ਼ਾਂਤੀ ਨਾ ਆਉਣੀ, ਨਾ ਸਵਾਲਾਂ ਦੇ ਜਵਾਬ ਮਿਲਣੇ, ਫਿਰ ਮਨ ਨੇ ਬੜਾ ਉਦਾਸ ਹੋ ਜਾਣਾ। ਫਿਰ ਰਾਜਾ ਰਾਜਾ ਸੀ, ਨੀਤੀਵਾਨ ਸੀ, ਉਹਨੇ ਇੱਕ ਨੀਤੀ ਵਰਤੀ, ਇੱਕ ਜੁਗਤ ਵਰਤੀ ਕਿ ਏਦਾਂ ਤੇ ਕਦੀ ਕੋਈ ਆ ਜਾਏਗਾ ਕਿ ਮੈਂ ਗੁਰੂ ਨਾਨਕ ਆ, ਕਦੀ ਕੋਈ ਆ ਜਾਏਗਾ ਕਹੇਗਾ ਮੈਂ ਗੁਰੂ ਨਾਨਕ ਆ। ਉਹਨੇ ਇੱਕ ਜੁਗਤ ਵਰਤੀ, ਨੀਤੀ ਵਰਤੀ, ਕਹਿੰਦਾ ਕਿ ਹੁਣ ਕੋਈ ਜਦੋਂ ਫਕੀਰ ਆਵੇ ਨਾ ਆ ਕੇ ਕਵੇ ਮੈਂ ਗੁਰੂ ਨਾਨਕ ਆ। ਪਹਿਲਾਂ ਤੇ ਉਹਨੇ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਆਪਣੇ ਸਿਪਾਹੀਆਂ ਦੇ ਰਾਹੀਂ, ਸੇਵਕਾਂ ਦੇ ਰਾਹੀਂ, ਮੰਤਰੀਆਂ ਸੰਤਰੀਆਂ ਦੇ ਰਾਹੀਂ ਭੇਜਦੇ ਨੇ। ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ, ਪਕਵਾਨ ਬਣਾ ਕੇ ਭੇਜਦੇ ਨੇ। ਕਈਆਂ ਦਾ ਮਨ ਪਿਆਰੇ ਉੱਥੇ ਹੀ ਡੋਲ ਜਾਂਦਾ ਜਿਹੜੇ ਆ ਕੇ ਕਹਿੰਦੇ ਸੀ ਮੈਂ ਗੁਰੂ ਨਾਨਕ ਆ। ਭੋਜਨ ਦਾ ਸਵਾਦ ਵੇਖ ਕੇ, ਹੁਣ ਤਰ੍ਹਾਂ ਤਰ੍ਹਾਂ ਦਾ ਭੋਜਨ ਬਣਿਆ ਹੋਵੇ, 36 ਪ੍ਰਕਾਰ ਦਾ ਭੋਜਨ, ਤੇ ਉੱਥੇ ਹੀ ਪਿਆਰਿਓ ਪਤਾ ਲੱਗ ਜਾਂਦਾ ਕਿ ਇਹ ਕਿੰਨੇ ਕੁ ਪਾਣੀ ਦੇ ਵਿੱਚ। ਜਿਹੜਾ ਭੋਜਨ ਦੇ ਵਿੱਚੋਂ ਲੰਘ ਜਾਂਦਾ, ਫਿਰ ਰਾਜੇ ਨੇ ਕੀ ਨੀਤੀ ਵਰਤੀ, ਜੁਗਤ ਵਰਤੀ, ਥਾਲ ਭਰ ਕੇ ਹੀਰੇ ਮੋਤੀਆਂ ਦੇ, ਸੋਨੇ ਚਾਂਦੀ ਦੇ ਭੇਜ ਦਿੰਦੇ। ਜਾਓ ਜਾ ਕੇ ਆਖੋ ਇਹ ਰਾਜੇ ਨੇ ਭੇਜੇ ਨੇ ਭੇਟਾ, ਦਰਸ਼ਨੀ ਭੇਟਾ ਭੇਜੀ ਹੈ। ਤੇ ਜਦੋਂ ਵੇਖਣਾ ਜਿਹੜੇ ਪੂਰੇ ਨਹੀਂ ਹੁੰਦੇ ਪਿਆਰਿਓ, ਜਿਹੜੇ ਮਾਇਆ ਦੇ ਵਿੱਚ ਫਸੇ ਨੇ ਨਾ, ਜਦੋਂ ਮਾਇਆ ਵੇਖਣੀ, ਹੀਰੇ ਮੋਤੀ ਸੋਨਾ ਵੇਖਣਾ, ਥਾਲ ਭਰੇ ਤੇ ਬਸ ਉੱਥੇ ਹੀ ਡੋਲ ਜਾਣਾ, ਭੁੱਲ ਜਾਣਾ ਸਭ ਕੁਛ। ਤੇ ਜਿਹੜੇ ਉੱਥੋਂ ਲੰਘ ਜਾਂਦੇ, ਤੀਜੀ ਜੁਗਤ ਵਰਤੀ, ਬੀਬੀਆਂ ਭੇਜ ਦੇਣੀਆਂ। ਇਹ ਤਿੰਨ ਜੁਗਤਾਂ ਵਰਤੀਆਂ ਤੇ ਪਿਆਰਿਓ ਕੋਈ ਪੂਰਾ ਹੋਵੇ ਤੇ ਉਹ ਪਰਖ ਦੇ ਵਿੱਚੋਂ ਲੰਘੇ ਨਾ। ਕੋਈ ਪੂਰਾ ਹੋਵੇ ਗੁਰੂ ਨਾਨਕ ਵਰਗਾ, ਗੁਰੂ ਨਾਨਕ ਤੇ ਗੁਰੂ ਨਾਨਕ ਹੀ ਹੈ, ਦੂਸਰਾ ਕੋਈ ਥੋੜੀ ਬਣ ਸਕਦਾ। ਗੁਰੂ ਨਾਨਕ ਤੇ ਗੁਰੂ ਨਾਨਕ ਹੈ ਪਿਆਰਿਓ, ਗੁਰੂ ਨਾਨਕ ਵਰਗਾ ਹੋਰ ਕੋਈ ਨਹੀਂ ਬਣ ਸਕਦਾ। ਬੜੇ ਜਣੇ ਆਉਣੇ, ਕਿਸੇ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਬਸ ਉੱਥੇ ਹੀ ਡੋਲ ਜਾਣਾ, ਕਿਸੇ ਨੇ ਸੋਨਾ ਚਾਂਦੀ ਵੇਖ ਕੇ ਤੇ ਏਦਾਂ ਪਿਆਰਿਓ ਡੋਲ ਜਾਂਦੇ ਕਿ ਉੱਧਰ ਰਾਜਾ ਕਹਿੰਦਾ ਕਿ ਗੁਰੂ ਨਾਨਕ ਤੋਂ ਬਿਨਾਂ ਇਸ ਭਿਆਨਕ ਕਲਯੁਗ ਦੇ ਵਿੱਚ ਕੋਈ ਪੂਰਾ ਗੁਰੂ ਨਹੀਂ ਮੈਨੂੰ ਲੱਗਦਾ। ਮੇਰੇ ਸਤਿਗੁਰੂ ਨਾਨਕ ਤੋਂ ਬਿਨਾਂ, ਹੁਣ ਸਤਿਗੁਰਾਂ ਦੇ ਪਿਆਰ ਦੇ ਰਾਹ ਤੱਕਦਾ ਰਹਿੰਦਾ, ਬੇਨਤੀਆਂ ਕਰਦਾ ਰਹਿੰਦਾ ਸਤਿਗੁਰਾਂ ਦੇ ਪਿਆਰ ਦੇ ਵਿੱਚ। ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ, ਔਰ ਨਾ ਭੀਜੈ ਪੱਗ ਨਾ ਕਿਸੈ ਹਰ ਦਰਸ਼ਨ ਕੀ ਆਸਾ। ਕਹਿੰਦੇ ਕਿ ਜਿਹਨੂੰ ਤੜਪ ਲੱਗਦੀ ਹੈ ਨਾ ਗੁਰੂ ਦਿਆਂ ਦਰਸ਼ਨਾਂ ਦੀ, ਉਹ ਜਿਹੜੀ ਰੂਹ ਹੈ ਅੰਦਰੋਂ ਆਤਮਕ ਤੌਰ ਤੇ ਆਪਣੇ ਪਿਆਰੇ ਦੇ ਆਉਣ ਦਾ ਰਾਹ ਤੱਕਦੀ ਰਹਿੰਦੀ ਹੈ। ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ, ਨਿਸ਼ਾਨੀਆਂ ਦੱਸੀਆਂ ਪਿਆਰ ਵਾਲੇ ਦੀਆਂ, ਮਰਜ਼ ਕਹਿੰਦੇ ਉਹਦੀਆਂ ਅੱਖਾਂ ਭਰੀਆਂ ਰਹਿੰਦੀਆਂ ਨੇ। ਉਸਾਸਾ ਜਿਹਨੂੰ ਅੰਦਰ ਤੜਪ ਲੱਗੀ ਹੈ ਰੱਬ ਨੂੰ ਮਿਲਣ ਦੀ, ਪਿਆਰੇ ਨੂੰ ਮਿਲਣ ਦੀ, ਉਹ ਹੋਕੇ ਲੈਂਦੀ ਹੈ ਰੂਹ। ਉਹ ਗੁਰਮੁਖ, ਉਹ ਗੁਰਸਿੱਖ ਲੰਮੇ ਲੰਮੇ ਸਾਹ ਲੈਂਦਾ ਕਿ ਕਦੋਂ ਮੇਰਾ ਪਿਆਰਾ ਆਏਗਾ। ਕੋਈ ਆਈ ਜਾਏ, ਕਦੀ ਵੇਖਿਓ ਜਿਹੜਾ ਨਾਮ ਜਪਣ ਵਾਲਾ ਹੈ ਨਾ, ਉਹਦਾ ਦੁਨਿਆਵੀ ਗੱਲਾਂ ਦੇ ਵਿੱਚ ਮਨ ਭਿੱਜਦਾ ਨਹੀਂ ਪਿਆਰ ਵਾਲੇ। ਜਦੋਂ ਕੋਈ ਦੁਨਿਆਵੀ ਗੱਲਾਂ ਬਾਤਾਂ ਕਰਦਾ ਉਹ ਕਿਨਾਰਾ ਕਰਕੇ ਇੱਕ ਪਾਸੇ ਹੋ ਜਾਂਦਾ ਤੇ ਮਰਜ ਕਹਿੰਦੇ ਪਿਆਰ ਵਾਲੇ ਦਾ ਉਰ ਨਾ ਭੀਜੈ, ਕਿਸੇ ਦੇ ਨਾਲ ਹਿਰਦਾ ਭਿੱਜਦਾ ਨਹੀਂ, ਮਨ ਭਿੱਜਦਾ ਨਹੀਂ, ਕਿਉਂਕਿ ਅੰਦਰ ਆਪਣੇ ਪਿਆਰੇ ਦੇ ਦਰਸ਼ਨਾਂ ਦੀ ਆਸ ਹੈ। ਤੇ ਰਾਜਾ ਸ਼ਿਵਨਾਭ ਕਦੀ ਕਦੀ ਨਾ ਅੰਦਰੋਂ ਪ੍ਰੇਮ ਹੁਲਾਰਾ ਮਾਰਦਾ, ਜਦੋਂ ਪ੍ਰੇਮ ਹੁਲਾਰਾ ਮਾਰਦਾ
ਨੇਤਰਾਂ ਦੇ ਵਿੱਚ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ, ਅੱਖਾਂ ਸਜਲ ਹੋ ਜਾਂਦੀਆਂ ਨੇ, ਫਿਰ ਸਤਿਗੁਰਾਂ ਦੇ ਪਿਆਰ ਦੇ ਵਿੱਚ ਭਿੱਜ ਕੇ ਐ ਸਤਿਗੁਰਾਂ ਨੂੰ ਬੇਨਤੀਆਂ ਕਰਦਾ, ਮਹਾਰਾਜ ਕਿਰਪਾ ਕਰੋ ਆਪਣੇ ਸੇਵਕ ਦੀ ਬੇਨਤੀ ਪ੍ਰਵਾਨ ਕਰੋ। ਪਾਦੀਦਾਰਿਆਂ ਦੀ ਖੈਰ, ਜੀ ਪਾਦੀਦਾਰਿਆਂ ਦੀ ਖੈਰ, ਆਪਣੇ ਪਿਆਰਿਆਂ ਬਾਬਾ ਫਰੀਦ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ। ਜਦੋਂ ਗੁਰੂ ਦੇ ਦਰਸ਼ਨਾਂ ਦੀ ਤੜਪ ਲੱਗ ਜੇ ਫਿਰ ਹਾਲਤ ਕਿਹੋ ਜਿਹੀ ਹੁੰਦੀ ਹੈ ਫਰੀਦਾ? ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਇੱਕੋ ਹੀ ਆਸ ਹੈ ਇਹਨਾਂ ਅੱਖਾਂ ਨੂੰ ਆਪਣੇ ਪਿਆਰੇ ਨੂੰ ਵੇਖਣ ਦੀ। ਪ੍ਰਿੰਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੈ ਸੋ ਰੱਬ ਨਾ ਬੋਹੜਿਓ, ਦੇਖ ਬੰਦੇ ਕੇ ਭਾਗ। ਤੇ ਰਾਜਾ ਸ਼ਿਵਨਾਭ ਸਤਿਗੁਰਾਂ ਦੇ ਪਿਆਰ ਦੇ ਵਿੱਚ ਕਦੋਂ ਹੋਣਗੇ ਦੀਦਾਰੇ ਤੇਰੇ ਮਹਾਰਾਜ? ਹੁਣ ਤੇ ਤਰਸ ਕਰੋ, ਕਦੋਂ ਹੋਣਗੇ ਦੀਦਾਰੇ ਤੇਰੇ, ਪਿੰਜਰਾ ਸਰੀਰ ਹੋ ਗਿਆ, ਕਦੋਂ ਹੋਣਗੇ
ਹਰ ਵੇਲੇ ਉਡੀਕਦਾ ਰਹਿੰਦਾ ਹੈ। ਕਦੋਂ ਆਵੇਂਗੀ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਪੁਰਾਤੇ। ਕਦੋਂ ਆਵੇਂਗੀ ਰੁੱਤੇ ਨੀ ਭਾਗਾਂ ਵਾਲੀਏ, ਹਰ ਵੇਲੇ ਉਡੀਕ ਲੱਗੀ ਰਹਿੰਦੀ ਹੈ। ਉਹ ਵੇਲਾ ਕਦੋਂ ਆਏਗਾ, ਉਹ ਸੁਹਾਵੀ ਰੁੱਤ ਕਦੋਂ ਆਏਗੀ, ਜਦੋਂ ਮੇਰੇ ਸਤਿਗੁਰ ਦੇ ਮੈਨੂੰ ਦਰਸ਼ਨ ਹੋਣਗੇ, ਦੀਦਾਰ ਹੋਣਗੇ। ਪ੍ਰੇਮ ਦੀਆਂ ਖਿੱਚਾਂ ਸੱਚੇ ਪਾਤਸ਼ਾਹ ਜੀ ਤਲਵੰਡੀ ਨੇ, ਪ੍ਰੇਮ ਦੀਆਂ ਖਿੱਚਾਂ ਪਈਆਂ ਫਿਰ ਰਾਜੇ ਸ਼ਿਵਨਾਭ ਦੇ ਪ੍ਰੇਮ ਦੀਆਂ ਖਿੱਚਾਂ ਪਈਆਂ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਚੱਲ ਮਰਦਾਨਿਆਂ ਹੁਣ ਚੱਲੀਏ, ਚੱਲ ਮਰਦਾਨਿਆਂ ਚੱਲ ਚੱਲੀਏ, ਸਾਨੂੰ ਚਿੱਠੀਆਂ ਪ੍ਰੇਮ ਦੀਆਂ ਆਈਆਂ। ਮਰਦਾਨਿਆਂ ਚੱਲੀਏ, ਕੋਈ ਪਿਆਰਾ ਯਾਦ ਪਿਆ ਕਰਦਾ, ਧਰਤੀ ਦੀ ਸੈਰ ਕਰੀਏ। ਤਰ੍ਹਾਂ ਤਰ੍ਹਾਂ ਦੇ ਦੇਸ਼ ਨੇ, ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਨੇ, ਤਰ੍ਹਾਂ ਤਰ੍ਹਾਂ ਦੇ ਭੇਸ ਨੇ ਸੰਸਾਰ ਦੇ ਵਿੱਚ। ਤੇ ਫਿਰ ਮਹਾਰਾਜ ਭਾਈ ਮਰਦਾਨੇ ਤੇ ਬਾਲੇ ਨੂੰ ਨਾਲ ਲੈ ਕੇ ਪਹੁੰਚਦੇ ਨੇ ਰਾਜੇ ਸ਼ਿਵਨਾਭ ਦੇ ਸ਼ਹਿਰ ਸੰਗਲਾ ਦੀ। ਆਓ ਸੰਗਤ ਜੀ,
महापुरख सतगुरां दी पवित्र हजूरी अंदर पहुंच रहे हन। अपनी विचार नूं संखेप दे विच करिए। महाराज जदों पहुंचदे ने राजे शिवनाभ दे शहर, कहिंदे कि सुक्का बाग सी इक शहर दे विच, महाराज जाके उत्थे चरण पाउंदे ने। जदों सच्चे पातशाह जी ने अपने मुबारक चरण पवित्र चरण सुके बाग दे विच पाए ते इतिहास कहिंदा मुद्दतां दा सुका होया बाग भी हरिया हो गया। आखो सतनाम श्री वाहिगुरु। सा धरती पई हरियावली जिथे मेरा सतगुर बैठा आए, ਉਹ ਧਰਤੀ ਵੀ ਪਿਆਰਿਓ ਹਰਿਆਵਲੀ ਹੋ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ ਜਿੱਥੇ ਪੂਰਾ ਸਤਿਗੁਰ ਜਾ ਕੇ ਭਾਗ ਲਾ ਦੇ, ਆਸਨ ਲਾ ਲਵੇ, ਬੈਠ ਜਾਵੇ। ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਉਹ ਸਰੀਰ ਵੀ ਹਰੇ ਭਰੇ ਹੋ ਜਾਂਦੇ ਨੇ ਜਿਹੜੇ ਸਰੀਰ ਪੂਰੇ ਸਤਿਗੁਰ ਦੇ ਜਾ ਕੇ ਦਰਸ਼ਨ ਕਰਦੇ ਨੇ। ਜਦੋਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਇੱਕ ਫਕੀਰ ਆਇਆ ਇਹ ਸੁੱਕੇ ਬਾਗ ਦੇ ਵਿੱਚ, ਉਹਨੇ ਆਸਣ ਲਾਏ ਨੇ, ਚਰਨ ਪਾਏ ਨੇ, ਸਾਰਾ ਬਾਗ ਹਰਿਆ ਭਰਿਆ ਹੋ ਗਿਆ। ਜਦੋਂ ਜਾ ਕੇ ਲੋਕਾਂ ਨੇ ਰਾਜੇ ਸ਼ਿਵਨਾਭ ਨੂੰ ਦੱਸਿਆ ਕਿ ਏਦਾਂ ਕੋਈ ਫਕੀਰ ਆਇਆ ਜਿਹਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਜਿਹਦੇ ਦੀਦਾਰ ਕਰਕੇ ਤਨ ਮਨ ਨਿਹਾਲ ਹੋ ਜਾਂਦਾ। ਤੇ ਜਦੋਂ ਉਹਨੇ ਸੁੱਕੇ ਬਾਗ ਦੇ ਵਿੱਚ ਚਰਨ ਪਾਏ ਨੇ, ਮੁੱਤਾਂ ਦਾ ਸੁੱਕਾ ਬਾਗ ਹਰਿਆ ਹੋ ਗਿਆ, ਫਿਰ ਰਾਜਾ ਸ਼ਿਵਨਾਭ ਵੀ ਆਏ, ਆ ਕੇ ਸਤਿਗੁਰ ਜੀ ਦੇ ਦਰਸ਼ਨ ਕੀਤੇ, ਦੀਦਾਰ ਕੀਤੇ, ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਦੀਦਾਰ ਕਰਕੇ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਦੀਦਾਰ ਕਰਕੇ ਜਨਮਾਂ ਜਨਮਾਂ ਦੀ ਜਿਹੜੀ ਮਨ ਦੀ ਮੈਲ ਸੀ ਉਹ ਕੱਟੀ ਗਈ। ਸੋ ਸਾਧ ਸੰਗਤ ਜੀ ਇੰਨੀਆਂ ਕੁ ਬੇਨਤੀਆਂ ਆਪ ਸੰਗਤਾਂ ਨੇ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਰਦਾਸ ਕਰਨੀ ਸਤਿਗੁਰ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨ। ਆ ਹੁਣ ਬੜੇ ਪਿਆਰ ਦੇ ਵਿੱਚ ਇਸੇ ਤਰ੍ਹਾਂ ਹੀ ਇਕਾਗਰਤਾ ਬਣਾ ਕੇ ਮਹਾਂਪੁਰਖਾਂ ਦੀ ਨਾਮ ਭਿੱਜੀ ਰਸਨਾ ਰਾਹੀਂ ਗੁਰਬਾਣੀ ਦੀਆਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਕੇ ਆਪਾਂ ਸਾਰਿਆਂ ਨੇ ਲਾਹ ਪ੍ਰਾਪਤ ਕਰਨਾ ਹੈ। ਉਹਨਾਂ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਹਨ, ਜਲ ਪਾਣੀ ਛੱਕ ਕੇ, ਪ੍ਰਸ਼ਾਦਾ ਪਾਣੀ ਛੱਕ ਕੇ ਸਤਿਗੁਰਾਂ ਦੇ ਪਵਿੱਤਰ ਹਜ਼ੂਰੀ ਅੰਦਰ ਸੱਜਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।